ਆਪਾਂ ਸਾਰੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਸਾਡੇ ਬਹੁਤ ਆਦਰਨੀਏ ਸਤਿਕਾਰਯੋਗ ਪੰਜਾਬ ਦੇ ਨਾ ਸਿਰਫ ਕਿਸਾਨ ਬਲਕਿ ਹਰ ਵਰਗ ਦੇ ਲੋਕ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਬਹੁਤ ਦ੍ਰਿੜਤਾ ਦੇ ਨਾਲ ਦਿੱਲੀ ਹੁਣ ਤਾਂ ਤਕਰੀਬਨ ਮਹੀਨਾ ਹੀ ਹੋ ਚੱਲਿਆ ਵਾ ਉੱਥੇ ਧਰਨੇ 'ਤੇ ਬੈਠੇ ਨੇ ਔਰ ਬੜੇ ਅਣਮਨੁੱਖੀ ਹਾਲਾਤਾਂ 'ਚ ਬੈਠੇ ਨੇ। ਠੀਕ ਆ, ਦੁਨੀਆ ਭਰ 'ਚੋਂ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੇ ਸਾਰੀਆਂ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਪਰ ਫਿਰ ਵੀ ਬੈਠੇ ਸੜਕ 'ਤੇ ਨੇ ਔਰ ਡਿਸੰਬਰ ਦਾ ਇਹ ਜਿਹੜਾ ਹੁਣੇ ਸਪਤਾਹ ਲੰਘ ਕੇ ਗਿਆ ਹਫ਼ਤਾ ਸ਼ਹੀਦੀ ਹਫ਼ਤਾ ਸਾਹਿਬਜ਼ਾਦਿਆਂ ਦਾ ਇਹ ਸਿਰੇ ਦੀ ਠੰਡ ਹੁੰਦੀ ਆਪਾਂ ਸਾਰੇ ਜਾਣਦੇ ਔਰ ਉੱਥੇ ਕੋਈ ਜਿਹੜੀਆਂ ਬੇਸਿਕ ਐਮਿਨਿਟੀਜ਼ ਆ ਕੋਈ ਵਾਸ਼ਰੂਮਸ ਦੀ ਘਾਟ ਆ ਪਾਣੀ ਦੀ ਘਾਟ ਆ ਜਾਂ ਹਰ ਕਿਸਮ ਦੇ ਸਮਾਨ ਦੀ ਭਾਵਾਂ ਲੱਖ ਅਰੇਂਜਮੈਂਟ ਕੀਤੇ ਪਰ ਜਿਹੜਾ ਸੁੱਖ ਇੱਕ ਇਨਸਾਨ ਦੇ ਆਪਣੇ ਘਰ ਵਿੱਚ ਹੁੰਦਾ ਉਸ ਨੂੰ ਸਾਰੇ ਨੂੰ ਤਿਆਗ ਕੇ ਆਪਣੇ ਸਾਰੇ ਲੋਕ ਉੱਥੇ ਬੈਠੇ ਨੇ। ਅਫਸੋਸ ਇਸ ਗੱਲ ਦਾ ਕਿ ਸਾਡੇ ਆਪਣੇ ਦੇਸ਼ ਦੀ ਸਰਕਾਰ ਇਹਨਾਂ ਬੈਠੇ ਹੋਏ ਕਿਸਾਨਾਂ ਅਤੇ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਅਤੇ ਨੌਜਵਾਨਾਂ ਦੇ ਨੂੰ ਦੇ ਜਜ਼ਬਾਤਾਂ ਨੂੰ ਅਣਗੌਲਿਆ ਕਰ ਰਹੀ ਹੈ। ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਦੀ ਤੋਹੀਨ ਕਰ ਰਹੀ ਹੈ ਜਾਣ ਬੁੱਝ ਕੇ ਔਰ ਤਰੀਕ 'ਤੇ ਤਰੀਕ ਪਾਈ ਜਾ ਰਹੀ ਹੈ। ਠੀਕ ਹੈ ਕਿ ਕੱਲ੍ਹ ਹੁਣ ਨਵੇਂ ਸਿਰੇ ਤੋਂ ਗੱਲਬਾਤ ਕਿਸਾਨ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਦਿੱਲੀ ਸਰਕਾਰ ਦੇ ਨਾਲ, ਸਾਡੀ ਇਹੀ ਅਰਦਾਸ ਆ ਕਿ ਇਹ ਮਸਲਾ ਸ਼ਾਂਤਮਈ ਢੰਗ ਦੇ ਨਾਲ ਅਤੇ ਆਦਰਨੀਏ ਅਤੇ ਇੱਕ ਸਤਿਕਾਰਯੋਗ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਮਾਪਤ ਹੋਵੇ ਅਤੇ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਅਤੇ ਯੂਪੀ ਅਤੇ ਹੋਰ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਹੱਕੀ ਅਤੇ ਜਾਇਜ਼ ਮੰਗਾਂ ਨੇ ਉਹ ਬੀਜੇਪੀ ਸਰਕਾਰ ਮੰਨੇ। ਅਫਸੋਸ ਇਸ ਗੱਲ ਦਾ ਵੀ ਆ ਕਿ ਇਸ ਵਕਤ ਕੀ ਆ ਕਿ ਦੁਨੀਆ ਭਰ 'ਚੋਂ ਇਸ ਕਿਸਾਨ ਧਰਨੇ ਨੂੰ ਸਪੋਰਟ ਮਿਲੀ ਆ, ਮਤਲਬ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਮੇਤ ਜਸਟਿਨ ਟਰੂਡੋ ਤੋਂ ਬਾਅਦ ਜਿਹੜੇ ਜਿਮੀ ਕਾਰਟਰ ਨੇ ਪ੍ਰੈਜ਼ੀਡੈਂਟ ਰਹੇ ਨੇ ਅਮੈਰੀਕਾ ਦੇ, ਉਹਨਾਂ ਨੇ ਇੱਕ ਬਹੁਤ ਅੱਛਾ ਖੱਤ ਲਿਖਿਆ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਕਿਉਂਕਿ ਉਹ ਆਪ ਕਿਸਾਨ ਸੀਗੇ ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਮੈਂਬਰਸ ਆਫ ਪਾਰਲੀਮੈਂਟ ਵਰਲਡ ਵਾਈਡ ਸਾਰੇ ਦੇਸ਼ਾਂ ਦੇ ਲੋਕਾਂ ਨੇ ਬਹੁਤ ਇਹਦਾ ਸਪੋਰਟ ਕੀਤੀ। ਆਪਣੇ ਦੇਸ਼ ਦੇ ਵਿੱਚ ਵੀ ਜਿਹੜੇ ਕਾਬਲ ਅਤੇ ਜਿਹੜੇ ਅੱਛੇ ਫਰਾਕ ਦਿਲ ਇਨਸਾਨ ਨੇ, ਸਮਝਦਾਰ ਲੋਕ ਨੇ, ਵਿਦਵਾਨ ਲੋਕ ਨੇ, ਉਹਨਾਂ ਸਭ ਨੇ ਇਸ ਧਰਨੇ ਦੀ ਸਪੋਰਟ ਕੀਤੀ ਕਿਉਂਕਿ ਇਹਨਾਂ ਵਿੱਚ ਗੱਲਾਂ ਹੀ ਬੜੀਆਂ ਜਾਇਜ਼ ਆ। ਮੈਂ ਅੱਜ ਹੀ ਆਰਟੀਕਲ ਪੜ੍ਹ ਰਿਹਾ ਸੀਗਾ, ਅਮ੍ਰਿਤਿਆ ਸੇਨ ਨੇ ਆਪਣੇ ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ ਨੋਬਲ ਲੋਰੀਏਟ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਤਾਂ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਹੀ ਬੜੀਆਂ ਜਾਇਜ਼ ਨੇ ਔਰ ਉਹਨਾਂ ਨੇ ਇਹ ਵੀ ਦੁੱਖ ਜਤਾਇਆ ਕਿ ਬੀਜੇਪੀ ਜਿਹੜੀ ਆ ਇਹ ਕੋਈ ਡਾਇਸੈਂਟ ਦਾ ਸਕੋਪ ਹੀ ਨਹੀਂ ਛੱਡ ਰਹੀ, ਸਪੇਸ ਹੀ ਨਹੀਂ ਛੱਡ ਰਹੀ। ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਇਹ ਸੈਡੀਸ਼ਨ ਦੇ ਕੇਸਿਸ ਵਿੱਚ, ਯੁਆਪਾ ਦੇ ਲਾਜ਼ ਵਿੱਚ ਉਹਨਾਂ ਦੀ ਆਵਾਜ਼ ਦਬਾਉਂਦੇ ਨੇ, ਬੰਦ ਕਰਦੇ ਨੇ, ਜਿਹੜੀ ਕਿ ਬੀਜੇਪੀ ਵਾਸਤੇ ਬਹੁਤ ਸ਼ਰਮਨਾਕ ਗੱਲ ਆ। ਕਿਉਂਕਿ ਪੰਜਾਬ ਜਿਹੜਾ ਨਾ ਇਹ, ਔਰ ਜੇ ਮੈਂ ਕਿਸਾਨਾਂ ਦੀ ਗੱਲ ਕਰਾਂ ਤਾਂ ਜਿਹੜਾ ਕਿਸਾਨੀ ਕਿੱਤਾ ਹੈ ਇਹ ਇੱਕ ਜ਼ਿੰਦਗੀ ਜੀਣ ਦਾ ਤਰੀਕਾ ਵਾ। ਇਬਰਾਹਿਮ ਲਿੰਕਨ ਨੇ ਬਹੁਤ ਸਿੰਪਲੀ ਇੱਕ ਛੋਟੇ ਜਿਹੇ ਕੋਟ 'ਚ ਕਿਹਾ, ਉਹਨਾਂ ਨੇ ਕਿਹਾ ਕਿ ਫਾਰਮਿੰਗ ਇਜ਼ਨਟ ਅ ਜੋਬ, ਫਾਰਮਿੰਗ ਇਜ਼ ਅ ਵੇ ਆਫ ਲਾਈਫ। ਸੋ ਤੁਸੀਂ ਬੀਜੇਪੀ ਵਾਲੇ ਕੀ ਕਰ ਰਹੇ ਨੇ ਕਿ ਉਹ ਜਿਹੜੇ ਕਾਨੂੰਨ ਲਿਆ ਕੇ ਆ ਰਹੇ ਨੇ ਉਹ ਇੱਕ ਜ਼ਿੰਦਗੀ ਜੀਣ ਦੇ ਤਰੀਕੇ ਦੇ ਉੱਤੇ ਹਮਲਾ ਕਰ ਰਹੀ ਹੈ, ਤਾਂ ਹੀ ਉਹ ਐਡੇ ਵੱਡੇ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂ ਅਤੇ ਹਰ ਵਰਗ ਦੇ ਲੋਕ ਸਪੋਰਟ ਕਰ ਰਹੇ ਨੇ। ਇੱਥੋਂ ਤੱਕ ਕਿ ਜਿਹੜੇ ਆਪਣੇ ਫੌਜੀ ਜਵਾਨ ਨੇ, ਮੈਂ ਉਹਨਾਂ ਦੀ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਉਹ ਬੁਰਾ ਮਨਾ ਰਹੇ ਨੇ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਆਪਣੀਆਂ ਜਾਨਾਂ ਗਵਾ ਰਹੇ ਹਾਂ ਔਰ ਇਸ ਸਰਦੀ ਦੀ ਰੁੱਤ ਵਿੱਚ ਸਿਆਚਨ ਵਰਗੇ ਗਲੇਸ਼ੀਅਰਸ ਵਿੱਚ ਜਾਂ ਕਾਰਗਿਲ ਵਰਗੀਆਂ ਬਹੁਤ ਵੱਡੀਆਂ ਹਾਈਟਸ ਦੇ ਉੱਤੇ ਜਾ ਕੇ ਜੰਮੂ ਕਸ਼ਮੀਰ ਦੀਆਂ ਬਾਰਡਰਸ ਦੇ ਉੱਤੇ ਅਸੀਂ ਦੇਸ਼ ਦੀ ਰਖਵਾਲੀ ਕਰ ਰਹੇ ਹਾਂ, ਪਰ ਬੀਜੇਪੀ ਦੀ ਸਰਕਾਰ ਸਾਡੇ ਮਾਂ ਅਤੇ ਪਿਓ ਅਤੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਮਜਬੂਰ ਕਰ ਰਹੀ ਹੈ ਕਿ ਤੁਸੀਂ ਸੜਕ ਦੇ ਉੱਤੇ ਬੈਠੋ ਅਤੇ ਧਰਨੇ ਮਾਰੋ। ਇਹ ਕਿਤੇ ਦਾ ਕਾਨੂੰਨ ਨਹੀਂ ਹੈਗਾ ਔਰ ਮੈਂ ਜਿੱਦਾਂ ਕਹਿ ਰਿਹਾ ਸੀਗਾ ਕਿ ਹਰ ਵਰਗ ਦੇ ਲੋਕਾਂ ਨੇ, ਮਤਲਬ ਕਿ ਐਮੀਨੈਂਟ ਇਕੋਨੋਮਿਸਟ ਹੋ ਗਏ, ਜਿਹੜੇ ਅੱਛੇ ਜਰਨਲਿਸਟ ਨੇ ਰਵੀਸ਼ ਕੁਮਾਰ ਵਰਗੇ ਜਾਂ ਪਸੂਨ ਵਰਗੇ, ਸਭ ਨੇ ਇਸ ਦੀ ਸਪੋਰਟ ਕੀਤੀ ਆ। ਕੋਈ ਕਸਰ ਤਾਂ ਕਿਸੇ ਨੇ ਕੁਛ ਛੱਡੀ ਨਹੀਂ। ਇਹ ਤਾਂ ਹੁਣ ਆਪਣੀ ਸਰਕਾਰ ਐਵੇਂ ਬਜਿੱਦ ਹੋਈ ਹੋਈ ਆ ਜਾਣਦਿਆਂ ਹੋਇਆਂ, ਜਦਕਿ ਉਹਨਾਂ ਨੂੰ ਪਤਾ ਵਾ ਕਿ ਉਹਨਾਂ ਦੇ ਲੀਡਰਾਂ ਦੇ ਘਿਰਾਓ ਹੋ ਰਹੇ ਨੇ, ਉਹਨਾਂ ਦੀ ਤੋਹੀਨ ਹੋ ਰਹੀ ਆ। ਪਤਾ ਨਹੀਂ ਕਿਹੜੇ ਵਕਾਰ ਵਿੱਚ ਮੋਦੀ ਸਾਹਿਬ ਦੀ ਸਰਕਾਰ ਫਸ ਗਈ ਆ। ਜਾਂ ਤਾਂ ਹੁੰਦਾ ਨਾ ਕਿ ਮੋਦੀ ਜਿਹੜਾ ਸੀਗਾ ਉਹ ਇੱਕ ਕੋਈ ਡਿਕਟੇਟਰ ਸੀਗਾ ਜਾਂ ਉਹਨੂੰ ਕਿਸੇ ਨੇ ਵੋਟ ਨਹੀਂ ਸੀ ਪਾਈ, ਫਿਰ ਤਾਂ ਇੱਦਾਂ ਦੀ ਇੱਕ ਗੱਲ ਵਤੀਰਾ ਆਪਣਾ ਕਰ ਸਕਦੇ ਸੀ। ਪਰ
ਵੋਟਾਂ ਲੈਣ ਤੋਂ ਬਾਅਦ ਆਪਣੇ ਲੋਕਾਂ ਦੇ ਲੋਕਾਂ ਦਾ ਨਿਰਾਦਰ ਕਰਨਾ। ਅਸੀਂ ਮੰਨਦੇ ਹਾਂ ਕਿ ਤੁਸੀਂ ਕਹਿੰਦੇ ਜੀ ਕਿ ਕਾਨੂੰਨ ਬਹੁਤ ਚੰਗੇ ਆ, ਤੁਸੀਂ ਬਾਕੀ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ। ਜਿਹੜੇ ਸੂਬੇ ਇੰਨਾ ਤਾਂ ਅਧਿਕਾਰ ਦੇ ਦਿਓ ਸਟੇਟਸ ਨੂੰ ਕਿ ਜਿਹੜੀਆਂ ਸਟੇਟਸ ਇਸ ਨੂੰ ਅਡੋਪਟ ਕਰਨਾ ਚਾਹੁੰਦੀਆਂ ਅਡੋਪਟ ਕਰ ਲੈਣ, ਜਿਹੜੀਆਂ ਸਟੇਟਸ ਇਹਨਾਂ ਲਾਜ਼ ਨੂੰ ਅਡੋਪਟ ਨਹੀਂ ਕਰਨਾ ਚਾਹੁੰਦੀਆਂ ਉਹਨਾਂ ਨੂੰ ਐਗਜ਼ੈਂਪਟ ਕਰ ਦਿਓ। ਜੇ ਲੱਗੇਗਾ ਕਿ ਕਾਰਪੋਰੇਟ ਕੰਟਰੈਕਟ ਫਾਰਮਿੰਗ ਜਾਂ APMC ਦੀ ਅਬੋਲਿਸ਼ਨ ਦੇ ਨਾਲ ਸਟੇਟਸ ਨੂੰ ਅਤੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ, ਅਸੀਂ ਤੁਹਾਡੇ ਕੋਲੋਂ ਆਪ ਮੰਗ ਕੇ ਲੈ ਲਾਂਗੇ ਕਿ ਸਾਨੂੰ ਇਹ ਕਾਨੂੰਨ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਲਾਗੂ ਕਰ ਦਿਓ। ਪਰ ਕੋਈ ਦਲੀਲ ਅਪੀਲ ਤਾਂ ਦੇਖੀ ਸੁਣੀ ਹੈ ਹੀ ਨਹੀਂ ਨਾ ਇਸ BJP ਦੀ ਸਰਕਾਰ ਨੇ। ਔਰ ਮੈਂ ਸਮਝਦਾ ਕਿ ਇਹ ਕੀ ਕਹਿੰਦੇ ਹੁੰਦੇ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਤੁਸੀਂ ਰੱਬ ਦੀ ਆਵਾਜ਼ ਦੀ ਤੋਹੀਨ ਕਰ ਰਹੇ ਹੋ BJP ਅਤੇ ਮੋਦੀ ਸਾਹਿਬ ਦੀ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ। ਅਤੇ ਮੈਂ ਇੱਕ ਸੁਝਾਅ ਵੀ ਦੇਣਾ ਚਾਹੁੰਦਾ ਆਪਣੀ ਕਿਸਾਨ ਜਥੇਬੰਦੀਆਂ ਨੂੰ ਕਿ ਦੇਖੋ ਆਪਾਂ ਸਭ ਨੇ ਮਿਲ ਕੇ ਤੁਹਾਡੀ ਅਗਵਾਈ ਵਿੱਚ ਪੀਸਫੁਲ ਤਰੀਕਾ ਹਰ ਇੱਕ ਅਡੋਪਟ ਕਰਕੇ ਦੇਖ ਲਿਆ। ਮਤਲਬ ਅਸੀਂ ਪੰਜਾਬ ਦੇ ਵਿੱਚ ਸੜਕਾਂ ਡੈਮੋਕਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰਕੇ ਦੇਖ ਲਿਆ, ਧਰਨਿਆਂ 'ਤੇ ਬੈਠ ਕੇ ਦੇਖ ਲਿਆ, ਭੁੱਖ ਹੜਤਾਲ ਕਰਕੇ ਦੇਖ ਲਿਆ, ਦਿੱਲੀ ਵਿੱਚ ਮਹੀਨਾ ਬੈਠ ਕੇ ਦੇਖ ਲਿਆ। ਅਤੇ ਜੇ ਹੁਣ ਕੋਈ ਗੱਲ ਮੰਨੇ ਹੀ ਨਾ ਮੋਦੀ ਦੀ ਸਰਕਾਰ ਕਿ ਅਸੀਂ ਤਾਂ ਉਹ ਟਸ ਤੋਂ ਮਸ ਨਾ ਹੋਵੇ, ਤਾਂ ਫਿਰ ਮੇਰੀ ਇੱਕ ਤੁਹਾਨੂੰ ਇਹ ਰਾਏ ਕਹਿ ਲਓ, ਇੱਕ ਅਪੀਲ ਕਹਿ ਲਓ ਕਿ ਫਿਰ ਇੱਕ ਜਕਾਰਾ ਛੱਡੋ ਦਿੱਲੀ ਵਿੱਚ। ਜੇ ਬਿਲਕੁਲ ਆ ਕੱਲ੍ਹ ਪਰਸੋਂ ਦੀਆਂ ਟੌਕਸ ਵੀ ਫੇਲ ਹੋ ਜਾਂਦੀਆਂ, ਇੱਕ ਜਕਾਰਾ ਛੱਡੋ ਅਤੇ ਫਿਰ ਸਿਆਸੀ ਵਾਗਡੋਰ ਜਿਹੜੀ ਸਟੇਟ ਦੀ ਆ ਉਹ ਆਪਣੇ ਹੱਥ ਵਿੱਚ ਲਵੋ। ਕਿਉਂਕਿ ਜਿਹੜੀਆਂ ਸਾਡੀਆਂ ਪੋਲੀਟੀਕਲ ਪੁਰਾਣੀਆਂ ਪਾਰਟੀਜ਼ ਨੇ ਇਸ ਵਕਤ ਜੇ ਅੱਜ ਕ੍ਰਾਈਸਿਸ ਆ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ, ਅਗਰ ਅੱਜ ਪੰਜਾਬ ਦੇ ਕਿਸਾਨਾਂ 'ਤੇ 1 ਲੱਖ ਕਰੋੜ ਦਾ ਕਰਜ਼ਾ, ਉਹ ਕੱਲ੍ਹ ਪਰਸੋਂ ਤਾਂ ਚੜਿਆ ਨੀਗਾ, ਇਹ ਕਈ ਦਹਾਕਿਆਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਸੀਗੀ, ਪਹਿਲਾਂ ਤਾਂ ਸੈਂਟਰਲ ਗਵਰਨਮੈਂਟ ਦੀ ਜੋ ਸਾਡੇ ਫਸਲਾਂ ਦੇ ਭਾਅ ਗੈਰ ਵਾਜਬ ਬਣਦੀ ਰਹੀ ਹੈ, ਜਾਣਦਿਆਂ ਹੋਇਆਂ ਕਿ ਇਨਫਲੇਸ਼ਨ ਬਹੁਤ ਆ, ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਹੈ, ਔਰ ਬਹੁਤ ਸਾਰੇ ਐਗਰੀਕਲਚਰ ਮਾਹਰ ਸਾਇੰਟਿਸਟ ਨੇ ਕੰਪੈਰੀਜ਼ਨ ਕਰਕੇ ਦਿਖਾਤਾ ਕਿ ਕਿਸਾਨਾਂ ਦੀ ਆਮਦਨ ਪਿਛਲੇ 45-50 ਸਾਲ ਵਿੱਚ ਸਿਰਫ 19 ਗੁਣਾ ਵਧੀ ਹੈ, ਜਦਕਿ ਇੰਪਲੋਈਜ਼ ਦੇ ਰੈਗੂਲਰ ਪੇ ਕਮਿਸ਼ਨਸ ਤੋਂ ਬਾਅਦ ਉਹ 250 ਗੁਣਾ ਵਧੀ ਹੈ। ਅਤੇ ਵਪਾਰੀਆਂ ਦਾ ਤਾਂ ਕੋਈ ਆਪਾਂ ਐਂਡ ਕਹਿੰਦੇ ਨਹੀਂ ਕਿ ਉਹਨਾਂ ਦੇ ਕਈ ਹਜ਼ਾਰ ਗੁਣਾ ਆਮਦਨ ਵੱਧ ਗਈ, ਅਤੇ ਇਕੱਲੇ ਕਿਸਾਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ। ਔਰ ਹੁਣ ਜਿਹੜੀ ਮਾੜੀ ਮੋਟੀ ਉਹ ਰੋਟੀ ਖਾਂਦਾ ਸੀ, ਤੁਸੀਂ ਉਹਦੀ ਰੋਟੀ ਉਹਦੇ ਪੇਟ ਦੇ ਉੱਤੇ ਲੱਤ ਮਾਰਨ ਦਾ ਉਪਰਾਲਾ ਕਰ ਰਹੇ। ਅਤੇ ਜੇ ਨਹੀਂ ਮੰਨਦੀ BJP ਦੀ ਸਰਕਾਰ, ਤਾਂ ਫਿਰ ਕਿਸਾਨ ਜਥੇਬੰਦੀਆਂ ਨੂੰ ਅਤੇ ਸਮੂਹ ਜਿਹੜੇ ਲੋਕ ਅਗਵਾਈ ਕਰਦੇ ਨੇ ਇਸ ਗੱਲ 'ਤੇ ਜ਼ਰੂਰ ਵਿਚਾਰ ਕਰਿਓ ਕਿ ਫਿਰ ਉੱਥੋਂ ਜਕਾਰਾ ਛੱਡ ਕੇ ਫਤਿਹ ਬੁਲਾ ਕੇ ਅਤੇ ਪੰਜਾਬ ਦੇ ਵਿੱਚ ਇੱਕ ਸਿਆਸੀ ਧਿਰ ਆਪਣੀ ਖੜੀ ਕਰ ਲਓ। ਕਿਉਂਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਤੁਹਾਡੇ ਮਸਲਿਆਂ ਦੀ ਹੱਲ ਨਹੀਂ ਕਰ ਸਕੀਆਂ, ਹੋ ਸਕਦਾ ਵਾ ਕਿ ਕਿਸਾਨ ਜਥੇਬੰਦੀਆਂ ਦੇ ਝੰਡੇ ਦੇ ਥੱਲੇ ਔਰ ਕਿਸਾਨ ਦੇ ਇਹੀ ਏਜੰਡੇ ਨੂੰ ਲਿਜਾ ਕੇ, ਕਿਉਂਕਿ ਪੰਜਾਬ ਜ਼ਿਆਦਾ ਨਹੀਂ ਤਾਂ 65-70% ਪੇਂਡੂ ਆਬਾਦੀ ਹੈ, ਇਕੱਲਾ ਕਿਸਾਨ ਨਹੀਂ, ਕਿਸਾਨ ਦੇ ਨਾਲ ਖੇਤ ਮਜ਼ਦੂਰ ਕਨੈਕਟਡ ਆ, ਖੇਤ ਮਜ਼ਦੂਰ ਤੋਂ ਇਲਾਵਾ ਆੜ੍ਹਤੀਆਂ ਦਾ ਵਪਾਰ, ਸਾਰੀਆਂ ਵੱਡੀਆਂ ਮੰਡੀਆਂ ਜਿਹੜੇ ਕਸਬੇ ਨੇ ਪੰਜਾਬ ਦੇ ਉਹ ਸਾਰੇ ਐਗਰੀਕਲਚਰ ਇਕੋਨਮੀ 'ਤੇ ਨਿਰਭਰ ਆ, ਬਲਕਿ ਈਵਨ ਵੱਡਾ ਵਪਾਰ ਵੀ ਸ਼ਹਿਰਾਂ 'ਚ ਆਣ ਕੇ ਅਲਟੀਮੇਟਲੀ ਜਿਹੜੀ ਐਗਰੋ ਬੇਸਡ ਇੰਡਸਟਰੀ ਆ ਉਹਦੇ 'ਤੇ ਨਿਰਭਰ ਆ। ਤਾਂ ਫਿਰ ਤੁਸੀਂ ਆਣ ਕੇ ਸਿਆਸੀ ਪਿੜ ਵਿੱਚ ਆਪਣਾ ਪੈਰ ਰੱਖੋ। ਅਸੀਂ ਜਿੰਨੇ ਜੋਗੇ ਹੈ ਅਸੀਂ ਸਾਰੇ ਅਸੀਂ ਹਰ 100% ਅਸੀਂ ਸਪੋਰਟ ਕਰਾਂਗੇ ਇਸ ਇਨੀਸ਼ੀਏਟਿਵ ਦੀ। ਉਹ ਕਿਉਂ? ਕਿਉਂਕਿ ਤੁਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਇਹਦਾ ਕੋਈ ਮਸਲੇ ਦਾ ਹੱਲ ਨਿਕਲ ਸਕੇ, ਔਰ ਬਹੁਤ ਦੇਰ ਤੋਂ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅਸੀਂ ਨੋਨ ਪੋਲੀਟੀਕਲ, ਔਰ ਅੱਛੀ ਗੱਲ ਕੀਤੀ ਉਹਨਾਂ ਨੇ ਕਿ ਇਹ ਸਾਰੇ ਧਰਨੇ ਦੇ ਵਿੱਚ ਪੋਲੀਟੀਕਲ ਆਗੂਆਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਸ਼ਮੂਲੀਅਤ ਨਹੀਂ ਕਰਨ ਦਿੱਤੀ, ਕਿਉਂਕਿ ਫਿਰ BJP ਦੇ ਉਹ ਇਲਜ਼ਾਮ ਪੱਕੇ ਪੁਖਤਾ ਹੋ ਜਾਣੇ ਸੀਗੇ ਕਿ ਇਹ ਸਾਰੀ ਸ਼ਰਾਰਤ ਓਪੋਜੀਸ਼ਨ ਪਾਰਟੀਜ਼ ਕਰਦੀ ਹੈ, ਜਦਕਿ ਸਾਰਾ ਇਨੀਸ਼ੀਏਟਿਵ ਅਤੇ ਸਾਰਾ ਐਫਰਟ ਹੈਗਾ ਇਹ ਕਿਸਾਨ ਜਥੇਬੰਦੀਆਂ ਤੋਂ ਪ੍ਰੇਰਿਤ ਹੋ ਕੇ ਆਮ ਜਨਤਾ ਉੱਥੇ ਪਹੁੰਚੀ। ਕਾਲ ਇਜ਼ ਵੈਰੀ ਗੁੱਡ, ਦ ਕੋਜ਼ ਇਜ਼ ਵੈਰੀ ਗੁੱਡ, ਦੇਅਰਫੋਰ ਸਭ ਨੇ ਆਪਣਾ ਆਪਣਾ ਫਰਜ਼ ਸਮਝ ਕੇ, ਮਤਲਬ ਪੜ੍ਹੀਆਂ ਲਿਖੀਆਂ ਔਰਤਾਂ ਜਿਹੜੇ ਆ ਨੋਰਮਲੀ ACs ਅਤੇ ਅੱਛੇ ਕੰਫਰਟ ਜ਼ੋਨ ਤੋਂ ਬਾਹਰ ਨਹੀਂ ਆਉਂਦੀਆਂ, ਉਹ ਵੀ ਮੈਂ ਦੇਖੀਆਂ ਦਿੱਲੀ ਵਿੱਚ ਪਹੁੰਚ ਕੇ ਅਤੇ ਇਸ ਧਰਨੇ ਵਿੱਚ ਸਹਿਯੋਗ ਦੇ ਰਹੀਆਂ। ਅਤੇ ਫਿਰ ਇੱਕ ਜਕਾਰਾ ਛੱਡੋ ਅਤੇ ਫਤਿਹ ਬੁਲਾ ਕੇ ਅਤੇ ਫਿਰ ਪੰਜਾਬ ਆਓ ਅਤੇ 22 ਦੀ ਇਲੈਕਸ਼ਨ ਜਿਹੜੀ 2022 ਦੀ ਸਟੇਟ, ਜੇ ਮੋਦੀ ਇੱਦਾਂ ਹੀ ਨਹੀਂ ਮੰਨਦਾ ਅਤੇ ਫਿਰ ਇੱਕ ਫਤਵਾ ਪੰਜਾਬ ਦੇ ਲੋਕਾਂ ਤੋਂ ਲੈ ਕੇ ਅਤੇ ਇਹਨਾਂ ਕਾਨੂੰਨਾਂ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਛਿੱਕੇ ਅਤੇ ਟੰਗੋ, ਰੱਦ ਕਰੋ, ਬਲਕਿ ਆਪਣੀਆਂ ਡਿਮਾਂਡਸ ਨੂੰ ਅਪਗ੍ਰੇਡ ਕਰੋ। ਫਿਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਹੋਵੇ, ਕਿਉਂ ਨਹੀਂ ਲਾਗੂ ਕਰ ਰਹੀ ਦੇਸ਼ ਦੀ ਸਰਕਾਰ, ਜਦ ਸਰਕਾਰ ਨੇ ਹੀ ਇਹ ਸਵਾਮੀਨਾਥਨ ਕਮੇਟੀ ਬਣਾਈ, ਸਰਕਾਰ ਦੇ ਕੋਲ ਇਹ ਕਮੇਟੀ ਦੀ ਰਿਪੋਰਟ ਪਿਛਲੇ 16 ਸਾਲ ਤੋਂ ਪਈ ਆ, ਉਹ ਕਿਉਂ ਨਹੀਂ ਲਾਗੂ ਕਰ ਰਹੇ? ਉਹਨਾਂ ਨੂੰ ਜਵਾਬ ਦੇਣਾ ਪਵੇਗਾ। ਇਸ ਲਈ ਐਗਰੀਕਲਚਰ ਸੈਕਟਰ ਵਿੱਚ ਆਪਣੀ ਰਿਪੋਰਟ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਇੰਪਲੀਮੈਂਟੇਸ਼ਨ ਦੀ ਡਿਮਾਂਡ ਵਧਾਓ, ਬਲਕਿ ਪੰਜਾਬ ਦੇ ਜਿਹੜੇ ਪੁਰਾਣੇ ਇਸ਼ੂਜ਼, ਬਰਨਿੰਗ ਇਸ਼ੂਜ਼ ਨੇ, ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ, ਸਾਡੇ ਪਾਣੀਆਂ ਦਾ ਮਸਲਾ ਹੈ, ਇਹ ਸਾਰੀਆਂ ਗੱਲਾਂ ਡਿਮਾਂਡਸ ਨੂੰ ਅਪਗ੍ਰੇਡ ਕਰੋ ਔਰ ਆਪਣੇ ਜਿਹੜਾ ਪੋਲੀਟੀਕਲ ਸਕੋਪ ਹੈਗਾ ਡਿਮਾਂਡਸ ਦਾ ਉਸ ਨੂੰ ਵਧਾਇਆ ਜਾਵੇ। ਔਰ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ
ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਜਾਣ ਦੀ ਟ੍ਰੇਡ ਬਾਰਡਰ ਨੂੰ ਖੋਲੇ ਜਾਣ ਦੀ ਵੀ ਮੰਗ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਕਿਉਂਕਿ ਜਦ ਤੱਕ ਪਾਕਿਸਤਾਨ ਦੇ ਨਾਲ ਆਪਣਾ ਉਹ ਗੇਟਵੇ ਨਹੀਂ ਖੁੱਲੇਗਾ ਬਾਰਡਰ ਨਹੀਂ ਖੁੱਲੇਗਾ ਮੈਂ ਨਹੀਂ ਸਮਝਦਾ ਕਿ ਕਿਸੇ ਤਰ੍ਹਾਂ ਨਾਲ ਖੇਤੀ ਜਾਂ ਈਵਨ ਇੰਡਸਟਰੀ ਪ੍ਰਫੁੱਲਤ ਹੋ ਸਕਦੀ ਪੰਜਾਬ ਦੇ ਬਿਕੋਜ਼ ਸਾਦੀ ਜੀ ਗੱਲ ਹੈ ਪੰਜਾਬ ਲੈਂਡਲੌਕਡ ਸਟੇਟ ਹੈ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਕੋਈ ਪੋਰਟ ਨਹੀਂ ਹੈ ਸਾਡੇ ਕੋਲ ਪਾਣੀ ਤੋਂ ਇਲਾਵਾ ਕੋਈ ਨੈਚੁਰਲ ਰਿਸੋਰਸਿਸ ਨਹੀਂ ਇਸ ਲਈ ਆਪਣੀ ਇਸ ਐਜੂਟੇਸ਼ਨ ਨੂੰ ਪੰਜਾਬ ਸਰ ਜ਼ਮੀਨ ਤੇ ਲਿਆ ਕੇ ਧਰਤੀ ਤੇ ਇਸਦੇ ਦਾਇਰੇ ਨੂੰ ਪੂਰਾ ਵਧਾ ਕੇ ਔਰ ਜਿਹੜੀਆਂ ਬਹੁਤ ਲੈਜੀਟੀਮੇਟ ਡਿਮਾਂਡਸ ਪੰਜਾਬ ਦੀਆਂ ਜਿਹੜੀਆਂ ਪਿਛਲੇ ਕਈ ਦਹਾਕਿਆਂ ਤੋਂ ਕੇਂਦਰ ਦੀਆਂ ਸਰਕਾਰਾਂ ਸਾਰੀਆਂ ਸਰਕਾਰਾਂ ਨੇ ਜਿਹੜੀਆਂ ਪ੍ਰਵਾਨ ਨਹੀਂ ਕੀਤੀਆਂ ਉਹਨਾਂ ਨੂੰ ਆਪਣੇ ਏਜੰਡੇ ਤੇ ਲਿਆ ਕੇ ਤੇ 2022 ਦੇ ਵਿੱਚ ਇੱਕ ਝੰਡਾ ਕੱਢੋ ਤਾਂ ਕਿ ਆਪਾਂ ਲੋਕਾਂ ਤੋਂ ਫਤਵਾ ਲੈ ਕੇ ਤੇ ਆਪਣੇ ਸੂਬੇ ਨੂੰ ਆਪ ਮੈਨੇਜ ਕਰ ਸਕੀਏ ਇਸ ਗੱਲ ਵਿੱਚ ਕਹਿਣ 'ਚ ਕੋਈ ਗੁਰੇਜ਼ ਨਹੀਂ ਗਾ ਕਿ ਅੱਜ ਪੰਜਾਬ ਅਗਰ 3.5 ਲੱਖ ਕਰੋੜ ਰੁਪਏ ਦਾ ਕਰਜ਼ਈ ਆ ਤੇ ਉਹ ਪੰਜਾਬ ਜਿਹੜਾ ਹੈ ਉਹ ਬਿਨਾਂ ਵਜ੍ਹਾ ਕਰਜ਼ਈ ਨਹੀਂ ਗਾ 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ 1985 35 ਸਾਲਾਂ 'ਚ ਜਿਹਨਾਂ ਨੇ ਵੀ ਸਰਕਾਰਾਂ ਬਣਾਈਆਂ ਤੁਸੀਂ ਜਾਣਦੇ ਹੋ ਅੱਛੀ ਤਰ੍ਹਾਂ ਮੈਂ ਹੁਣ ਕਿਸੇ ਇੱਕ ਵਿਅਕਤੀ ਵਿਸ਼ੇਸ਼ ਕਿਸੇ ਟੱਬਰ ਦਾ ਨਾਮ ਲੈਵਾਂ ਤੁਸੀਂ ਸਾਰੇ ਸਮਝਦਾਰ ਹੋ ਉਹਨਾਂ ਦੀ ਬਦੌਲਤ ਆਪਾਂ 3.5 ਲੱਖ ਕਰੋੜ ਦੇ ਕਰਜ਼ਈ ਵਰਨਾ ਪੰਜਾਬ ਵੁੱਡ ਹੈਵ ਬੀਨ ਏ ਗੋਲਡਨ ਸਟੇਟ ਪੰਜਾਬ ਕੈਲੀਫੋਰਨੀਆ ਨਾਲੋਂ ਜ਼ਿਆਦਾ ਅੱਛੀ ਧਰਤੀ ਕੈਲੀਫੋਰਨੀਆ ਨਾਲੋਂ ਜ਼ਿਆਦਾ ਅੱਛਾ ਮੌਸਮ ਸਾਰੀ ਦੁਨੀਆ ਦੇ ਵਿੱਚ ਜ਼ਰਖੇਜ਼ ਧਰਤੀ ਆ ਤਾਂ ਪੰਜਾਬ ਤਾਂ ਕਿਤੇ ਦਾ ਕਿਤੇ ਹੋਣਾ ਚਾਹੀਦਾ ਸੀਗਾ ਪਰ ਸਾਡੀ ਕਿਤੇ ਨਾ ਕਿਤੇ ਪੋਲੀਟੀਕਲ ਜਮਾਤ ਨੇ ਆਪਣੀ ਹੀ ਸਟੇਟ ਦੇ ਨਾਲ ਜਿਹੜਾ ਧੋਖਾਧੜੀ ਕੀਤੀ ਬੇਈਮਾਨੀ ਕੀਤੀ ਉਹਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਫਿਰ ਮੈਂ ਰੀਇਟਰੇਟ ਕਰਦਾ ਕਿ ਪਾਕਿਸਤਾਨ ਨਾਲ ਬਾਰਡਰ ਖੁੱਲ੍ਹਣਾ ਕਿਉਂਕਿ ਬਹੁਤ ਵਾਸਟ ਮਾਰਕੀਟ ਹੈ ਬਿਯੋਂਡ ਪਾਕਿਸਤਾਨ ਆਲ ਦ ਵੇ ਅਫਗਾਨਿਸਤਾਨ ਈਰਾਨ ਤੁਰਕਮਿਨਿਸਤਾਨ ਉਜ਼ਬੇਕਿਸਤਾਨ ਰਸ਼ੀਆ ਤੱਕ ਇੰਨਾ ਵੱਡਾ ਕੋਲਡ ਬਲੌਕ ਹੈ ਉੱਥੇ ਕਿ ਕੁਛ ਨਹੀਂ ਹੁੰਦਾ ਉਹ ਆਪਾਂ ਬੜੇ ਅੱਛੇ ਤਰੀਕੇ ਨਾਲ ਲੈਂਡ ਰੂਟ ਰਾਹੀਂ ਉੱਥੇ ਸਾਰੀਆਂ ਗੱਲਾਂ ਸਾਡੀਆਂ ਸਾਰੇ ਪ੍ਰੋਡਕਟਸ ਨੋਟ ਓਨਲੀ ਐਗਰੀਕਲਚਰ ਪ੍ਰੋਡਕਟਸ ਬਟ ਆਲਸੋ ਇੰਡਸਟਰੀਅਲ ਪ੍ਰੋਡਕਟਸ ਜਾ ਸਕਦੇ ਨੇ ਅਤੇ ਆਪਣੀ ਐਜੂਟੇਸ਼ਨ ਦਾ ਦਾਇਰੇ ਨੂੰ ਅਪਗ੍ਰੇਡ ਕਰੋ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਸਾਨੂੰ ਲਾਗੂ ਹੋਵੇ ਸਾਡੀ ਕਣਕ ਦਾ ਭਾਅ ਅੱਜ 7,000 ਰੁਪਏ ਕੁਇੰਟਲ ਚਾਹੀਦਾ ਅਕੋਰਡਿੰਗ ਟੂ ਰੈਕਮੈਂਡੇਸ਼ਨ ਆਫ ਸਵਾਮੀਨਾਥਨ ਕਮੇਟੀ ਰਿਪੋਰਟ ਜੇ ਬਾਕੀ ਸਾਰੇ ਵਰਗਾਂ ਨੂੰ ਐਜੂਕੇਸ਼ਨ ਅਲਾਊਂਸ ਮਿਲਦਾ ਹਾਊਸ ਅਲਾਊਂਸ ਮਿਲਦਾ ਹੈਲਥ ਕੇਅਰ ਕਵਰੇਜ ਮਿਲਦੀ ਤਾਂ ਇਕੱਲੇ ਕਿਸਾਨਾਂ ਨੂੰ ਕਿਉਂ ਇਹ ਨਹੀਂ ਕੀਤਾ ਜਾ ਰਿਹਾ ਜਦਕਿ ਸਭ ਤੋਂ ਜ਼ਿਆਦਾ ਯੋਗਦਾਨ ਇਸ ਦੇਸ਼ ਨੂੰ ਖੜਾ ਕਰਨ ਵਿੱਚ ਕਿਸਾਨਾਂ ਨੇ ਪਾਇਆ ਇਹ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਡਿਫੈਂਸ ਦੇ ਮੈਦਾਨ 'ਚ ਖੇਡ ਦੇ ਮੈਦਾਨ 'ਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਮੈਂ ਕਈ ਵਾਰ ਪਹਿਲਾਂ ਵੀ ਕਹਿ ਚੁੱਕਾ ਹਾਂ ਪਾਕਿਸਤਾਨ ਤੋਂ ਆਪਣਾ ਉਜਾੜਾ ਕਰਕੇ ਇਸ ਭਾਰਤ ਨੂੰ ਮਜ਼ਬੂਤ ਅਗਰ ਅੱਜ ਮੋਦੀ ਜਾਂ ਕੋਈ ਕਹਿੰਦਾ ਲੀਡਰ ਕਿ ਭਾਰਤ ਬਹੁਤ ਮਜ਼ਬੂਤ ਦੇਸ਼ ਆ ਤਾਂ ਕੀ ਉਹ ਪੰਜਾਬ ਅਤੇ ਪੰਜਾਬੀਆਂ ਦੇ ਯੋਗਦਾਨ ਤੋਂ ਬਗੈਰ ਭਾਰਤ ਮਜ਼ਬੂਤ ਹੋ ਸਕਦਾ ਸੀਗਾ ਇਸ ਲਈ ਤੁਹਾਨੂੰ ਸੋਚਣਾ ਚਾਹੀਦਾ ਬੀਜੇਪੀ ਵਾਲਿਓ ਨਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡੋ ਪੰਜਾਬ ਨੂੰ ਤੁਸੀਂ ਆਪ ਧੱਕ ਰਹੇ ਹੋ ਐਨਆਰਕੀ ਵੱਲ ਪੰਜਾਬ ਨੂੰ ਤੁਸੀਂ ਆਪ ਧੱਕ ਰਹੇ ਹੋ ਕਿ ਤੁਸੀਂ ਇੱਕ ਵੱਖਵਾਦੀ ਲਹਿਰ ਜੇ ਅਗਰ ਪੰਜਾਬ ਵਿੱਚ ਪੈਦਾ ਹੋਵੇਗੀ ਤਾਂ ਸਿੱਧੀ ਸਿੱਧੀ ਬੀਜੇਪੀ ਅਤੇ ਮੋਦੀ ਦੀ ਸਰਕਾਰ ਆਪ ਜ਼ਿੰਮੇਵਾਰ ਹੋਊਗੀ ਸੋ ਇਹ ਅੱਜ ਦੇ ਮੇਰੇ ਵਿਚਾਰ ਸਨ ਅਗਰ ਠੀਕ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਕਿਸਾਨ ਜਥੇਬੰਦੀਆਂ ਬਹੁਤ ਸੂਝਵਾਨ ਨੇ ਬੜੇ ਸਮਝਦਾਰ ਨੇ ਔਰ ਬਹੁਤ ਪੇਸ਼ੈਂਸ ਨਾਲ ਬਹੁਤ ਸਬਰ ਦੇ ਨਾਲ ਉਹਨਾਂ ਨੇ ਐਜੂਟੇਸ਼ਨ ਲੀਡ ਕੀਤੀ ਆ ਅਸੀਂ ਜਿੰਨੇ ਜੋਗੇ ਵੀ ਸੀ ਹਮੇਸ਼ਾ ਉਹਦੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਆਪਣਾ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੀਏ ਪਰ ਇਹਦਾ ਸਿਹਰਾ ਜਿਹੜਾ ਹੈ ਆਫਕੋਰਸ ਉਸ ਸਮੂਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਜਾਂਦੀ ਅਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਵਾ ਠੀਕ ਹੈ ਹਾਲੇ ਮੋਦੀ ਦੀ ਸਰਕਾਰ ਨਹੀਂ ਮੰਨ ਰਹੀ ਪਰ ਵਰਲਡਵਾਈਡ ਇੱਦਾਂ ਦਾ ਵੱਡਾ ਮੇਜਰ ਅਪਰਾਈਜ਼ਿੰਗ ਪ੍ਰੋਟੈਸਟ ਅੱਜ ਦੇ ਮਾਡਰਨ ਕੰਟੈਂਪਰੇਰੀ ਹਿਸਟਰੀ ਵਿੱਚ ਦੇਖਣ ਨੂੰ ਕਦੀ ਮਿਲਿਆ ਨਹੀਂ ਜਿੱਥੇ ਸਾਰੀ ਦੁਨੀਆ 'ਚ ਉਹਨਾਂ ਨੂੰ ਸਪੋਰਟ ਮਿਲੀ ਆ ਐਨਆਰਆਈਜ਼ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਿਰਾ ਹੀ ਲਾ ਦਿੱਤਾ ਬਿਲਕੁਲ ਸਾਰਿਆਂ ਨੇ ਆਪਣੇ ਕੰਮ ਛੱਡ ਕੇ ਆਪਣੇ ਆਪਣੇ ਦੇਸ਼ਾਂ ਵਿੱਚ ਇੱਕ ਅਲੱਗ ਵੱਖਰੀ ਲਹਿਰ ਪੈਦਾ ਕਰ ਕਹਿਣ ਨੂੰ ਤਾਂ ਪੰਜਾਬੀ ਅਤੇ ਸਿੱਖ ਹੈ ਵੀ ਛੋਟੀ ਜਿਹੀ ਪਰਸੈਂਟੇਜ ਆ ਆਪਾਂ 2 ਪੈਸੇ ਹਾਂ ਇਸ ਦੇਸ਼ ਦੇ ਵਿੱਚ ਆਬਾਦੀ 'ਚ ਪਰ 2 ਪੈਸੇ ਦੇ ਲੋਕਾਂ ਨੇ ਦੁਨੀਆ ਦੇ ਵਿੱਚ ਐਡੇ ਵੱਡੇ ਪੱਧਰ 'ਤੇ ਅਵੇਅਰਨੈਸ ਕ੍ਰੀਏਟ ਕੀਤੀ ਆ ਕਿ ਬੱਚਾ ਬੱਚਾ ਜਾਣਨ ਲੱਗ ਗਿਆ ਕਿ ਕੌਣ ਕੀ ਕਰ ਰਿਹਾ ਔਰ ਅੰਤ 'ਚ ਜਿਹਨੇ ਗਲਤ ਇਲਜ਼ਾਮਬਾਜ਼ੀ ਲਾਉਂਦੇ ਨੇ ਖਾਲਿਸਤਾਨੀ ਬੈਠੇ ਨੇ ਨਕਸਲਵਾਦੀ ਨੇ ਅਰਬਨ ਨੈਕਸਲਸ ਨੇ ਉਹ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਪਛੋਕੜ ਸਮਝਣਾ ਚਾਹੀਦਾ ਖਾਲਸਾ ਏਡ ਵਰਗੀ ਜਥੇਬੰਦੀਆਂ ਨੂੰ ਤੁਸੀਂ ਖਾਲਿਸਤਾਨੀ ਕਹਿੰਦੇ ਹੋ ਰਵੀ ਸਿੰਘ ਨੂੰ ਜਿਹੜਾ ਸੀਰੀਆ ਵਿੱਚ ਰਿਫਿਊਜੀਆਂ ਦੀ ਖਾਤਰ ਜਾ ਕੇ ਮਦਦ ਕਰਦਾ ਜਦੋਂ ਇਸ ਦੇਸ਼ ਵਿੱਚ ਕੇਰਲਾ ਵਰਗੇ ਸੂਬਿਆਂ 'ਚ ਬਾੜ ਆਉਂਦੀ ਜਾਂ ਕਿਤੇ ਸੋਕਾ ਆਉਂਦਾ ਉਹਨੇ ਤਾਂ ਨਹੀਂ ਦੇਖਿਆ ਕਿ ਇੱਥੇ ਪੰਜਾਬੀ ਨੇ ਇੱਥੇ ਸਿੱਖ ਨੇ ਉਹਨੇ ਤਾਂ ਮਨੁੱਖਤਾ ਦਾ ਐਂਗਲ ਦੇਖਿਆ ਅਤੇ ਉਸ ਜਥੇਬੰਦੀ ਦੀ ਜਿਹੜੀ ਮਦਦ ਆ ਉਹ ਵਰਲਡਵਾਈਡ ਐਪਰੀਸ਼ੀਏਟ ਕੀਤੀ ਆ ਅਤੇ ਆਪਾਂ ਉਹਨਾਂ ਨੂੰ ਖਾਲਿਸਤਾਨੀ ਕਹਿੰਦੇ ਹਾਂ ਅਤੇ ਤੁਸੀਂ ਇੱਦਾਂ ਕਹਿ ਕੇ ਭਾਵਾਂ ਪੰਜਾਬ ਨੂੰ ਤੁਸੀਂ ਆਪਣੇ ਤੁਸੀਂ ਧੱਕਾ ਮਾਰ ਰਹੇ ਹੋ ਪੰਜਾਬ ਨੂੰ ਕਿ ਬਾਹਰ ਨਿਕਲ ਜਾਓ ਭੱਜ ਜਾਓ ਤੁਸੀਂ ਵੱਖਵਾਦੀ ਲਹਿਰ ਪੈਦਾ ਕਰੋ
ਇਹਦੀ ਸਾਰੀ ਰਿਸਪੋਂਸਿਬਿਲਿਟੀ ਬੀਜੇਪੀ ਦੀ ਹੋਵੇਗੀ। ਤੋ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਦਾ, ਧੰਨਵਾਦ। ਅਗਰ ਠੀਕ ਲੱਗੇ ਤਾਂ ਸ਼ੇਅਰ ਕਰ ਦੇਣਾ।